ਪੁਲਿਸ ਨੇ ਕਾਬੂ ਕੀਤਾ ਕੋਰਟ ਚੋਂ ਭੱਜਿਆ ਕੈਦੀ। 9 ਮਹੀਨੇ ਬਾਅਦ ਪੁਲਿਸ ਨੇ ਕੀਤਾ ਸੀ ਕਾਬੂ। ਅਗਲੇ ਦਿਨ ਚਕਮਾ ਦੇ ਕੇ ਹੋ ਗਿਆ ਸੀ ਫਰਾਰ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਕੋਰਟ ਦੇ ਵਿੱਚੋਂ ਭੱਜੇ ਇੱਕ ਕੈਦੀ ਨੂੰ ਕਾਬੂ ਕਰ ਲਿਆ ਗਿਆ, ਜੋ ਕਿ 9 ਮਹੀਨੇ ਪਹਿਲਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਹਲੇ ਉਸਨੂੰ ਗ੍ਰਿਫਤਾਰ ਕੀਤਾ ਸੀ। ਤਾਂ ਜਿਵੇਂ ਹੀ ਪੁਲਿਸ ਉਸਨੂੰ ਕੋਰਟ ਲੈ ਕੇ ਪਹੁੰਚਦੀ ਹੈ ਤਾਂ ਉਹ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਉਸਦੀ ਭਾਲ ਕਰ ਰਹੀ ਸੀ। ਤਾਂ ਤੁਹਾਨੂੰ ਦੱਸ ਦਈਏ ਕਿ 307 ਦੇ ਮੁਕੱਦਮੇ ਦੇ ਵਿੱਚ ਇਹ ਫਰਾਰ ਚੱਲ ਰਿਹਾ ਸੀ, ਜਿਸ ਤੋਂ ਬਾਅਦ 9 ਮਹੀਨੇ ਬਾਅਦ ਇਸਦੀ ਗ੍ਰਿਫਤਾਰੀ ਹੋਈ ਸੀ। ਤਾਂ ਰਿਮਾਂਡ ਦੇ ਲਈ ਪੁਲਿਸ ਇਸ ਨੂੰ ਅਦਾਲਤ ਲੈ ਕੇ ਪਹੁੰਚੀ ਸੀ। ਤਾਂ ਮੌਕਾ ਦੇਖ ਕੇ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜ ਕੇ ਫਰਾਰ ਹੋ ਜਾਂਦਾ ਅਤੇ ਫਿਰ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਸ਼ਖਸ ਆਪਣੀ ਧੀ ਦੇ ਪਿੰਡ ਫਿਰਦਾ, ਜਿੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਇਸ ਨੂੰ ਫਿਰ ਤੋਂ ਕਾਬੂ ਕਰ ਲਿਆ ਜਾਂਦਾ। ਤਾਂ ਫਰੀਦਕੋਟ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ, ਜਿੱਥੇ ਇਸ ਸ਼ਖਸ ਦੇ 307 ਦਾ ਮੁਕੱਦਮਾ ਚੱਲ ਰਿਹਾ ਤੇ 2 ਹੋਰ ਮੁਕੱਦਮੇ ਇਸ ਤੇ ਦਰਜ ਹੈ। ਤਾਂ 3 ਮਾਮਲਿਆਂ ਦੇ ਵਿੱਚ ਇਹ ਵਾਂਟਡ ਸੀ, ਜਿਸ ਤੋਂ ਬਾਅਦ ਪੁਲਿਸ ਇਸਦੀ ਭਾਲ ਕਰ ਰਹੀ ਸੀ। ਤਾਂ 9 ਮਹੀਨੇ ਬਾਅਦ ਪੁਲਿਸ ਦੇ ਵੱਲੋਂ ਪਿਛਲੇ ਦਿਨੇ ਇਸ ਨੂੰ ਕਾਬੂ ਕੀਤਾ ਗਿਆ ਸੀ। ਤਾਂ ਅਗਲੇ ਦਿਨ ਪੁਲਿਸ ਜਿਵੇਂ ਹੀ ਇਸ ਨੂੰ ਅਦਾਲਤ ਲੈ ਕੇ ਪਹੁੰਚਦੀ ਹੈ ਤਾਂ ਇਹ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਫਿਰ ਅੱਜ ਪੁਲਿਸ ਦੇ ਵੱਲੋਂ ਇਸ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ। ਸਦਰ ਕੋਟਪੁਰੇ ਦਾ ਪੀਓ ਸੀ ਅੰਗਰੇਜ਼, ਜਿਹਨੂੰ ਕਿ ਅਸੀਂ ਕੁਝ ਦਿਨ ਪਹਿਲਾਂ ਫੜਿਆ ਸੀ ਤੇ ਜਦੋਂ ਉਹਨੂੰ ਅਸੀਂ ਅਗਲੇ ਦਿਨ ਮੈਜਿਸਟਰੇਟ ਸਾਹਿਬ ਤੋਂ ਡਿਊਟੀ ਮੈਜਿਸਟਰੇਟ ਤੋਂ ਪੇਸ਼ ਕੀਤਾ ਤੇ ਉਹ ਅਦਾਲਤ ਚੋਂ ਜਾਣੀ ਕਿ ਭੱਜ ਗਿਆ ਸੀ, ਜਿਹਨੂੰ ਅਸੀਂ ਮੁੜ ਹੁਣ ਗ੍ਰਿਫਤਾਰ ਕਰ ਲਿਆ ਹੈਗਾ ਤੇ ਉਹਨੂੰ ਅੱਜ ਫਿਰ ਆਪਾਂ ਅਦਾਲਤ ਚ ਪੇਸ਼ ਕਰਾਂਗੇ। ਕੀ ਕੀ ਮਾਮਲੇ ਦੱਸੀ ਇਹ ਇਹਦੇ ਤੇ ਜੀ 2023 'ਚ ਇੱਕ ਮੁਕੱਦਮਾ ਅੰਡਰ ਸੈਕਸ਼ਨ 307 ਸਦਰ ਫਰੀਦਕੋਟ ਸਦਰ ਕੋਟਪੂਰਾ ਦਰਜ ਹੋਇਆ ਜੀ, ਜਿਸ 'ਚ ਪੀਓ ਚੱਲਦਾ ਪਿਆ ਸੀ। ਕਾਰਵਾਈ ਕਰਨ ਗਿਆ ਤੇ ਕਿਉਂਕਿ ਆਪਾਂ ਇਹਨੂੰ ਹੱਥਕੜੀਆਂ ਨਹੀਂ ਲਗਾਉਂਦੇ ਹੈਗੇ ਤੇ ਉਹ ਪਿੱਛੋਂ ਦੀ ਖਿਸਕ ਗਿਆ, ਬੰਦਾ ਹੀ ਬਰਾਮਦ ਹੋਇਆ।